ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਛਿੜਿਆ ਹੋਇਆ ਹੈ, ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਉਂਦੇ ਨੇ, ਉਹਨਾਂ ਨੂੰ ਆਮ ਲੋਕ ਬਈਏ ਕਹਿੰਦੇ ਆ, ਤੇ ਮੁੱਦਾ ਉਠਾਉਣ ਵਾਸਤੇ ਸਭ ਤੋਂ ਮੂਹਰੇ ਹੁੰਦਾ ਹੈ ਲੱਖਾ ਸਿਧਾਣਾ ਉਰਫ ਗੈਂਗਸਟਰ। ਇਹ ਮੁੱਦਾ ਕਿਉਂ ਉਭਾਰਿਆ ਜਾਂਦਾ ਹੈ? ਇਹਦੇ ਪਿੱਛੇ ਬਹੁਤ ਵੱਡੀ ਇੱਕ ਰਾਜਨੀਤੀ ਚੱਲ ਰਹੀ ਹੈ। ਕਾਂਗਰਸ ਪਾਰਟੀ ਤਕਰੀਬਨ ਤਕਰੀਬਨ 11 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਲਗਾਤਾਰ ਬੀਜੇਪੀ ਦੀ ਸਰਕਾਰ ਸੈਂਟਰ ਦੇ ਵਿੱਚ 3 ਵਾਰੀ ਬਣ ਚੁੱਕੀ ਹੈ। ਖਾਸ ਕਰਕੇ ਜਦੋਂ ਸੈਂਟਰ ਦੇ ਵਿੱਚ ਹਲਚਲ ਹੁੰਦੀ ਹੈ, ਉਦੋਂ ਰਾਜਨੀਤੀ ਦਾ ਜਿਹੜਾ ਮੁੱਢ ਹੈ ਉਹ ਪੰਜਾਬ ਦੇ ਵਿੱਚੋਂ ਵੱਜਦਾ ਹੈ, ਉਦੋਂ ਰਾਜਨੀਤੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ। ਬਹੁਤ ਵਾਰੀ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਦਾ ਨਾਮ ਚੱਲਦਾ ਹੁੰਦਾ ਸੀ ਕਿ ਟੋੜਾ ਸਾਹਿਬ ਦੀ ਰਾਜਨੀਤੀ ਸੈਂਟਰ ਦੀ ਸਰਕਾਰ ਤੱਕ ਹਿਲਾ ਕੇ ਰੱਖ ਦਿੰਦੀ। ਇਹ ਚਰਚਾਵਾਂ ਛਿੜਦੀਆਂ ਹੁੰਦੀਆਂ ਸੀ ਜਦੋਂ ਉਹ ਇਸ ਦੁਨੀਆਂ ਦੇ ਵਿੱਚ ਹੈਗੇ ਸੀ। ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ, ਥੋੜ੍ਹਾ ਜਿਹਾ ਧਿਆਨ ਦੇ ਨਾਲ ਇਹ ਗੱਲਬਾਤ ਸੁਣਿਓ। ਕਿਉਂ ਇਹ ਮੁੱਦਾ ਛੇੜਿਆ ਜਾਂਦਾ ਕਿ ਬਈਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿਓ? ਇਹ ਬਹੁਤ ਦੂਰ ਤੱਕ ਗੱਲਬਾਤ ਜਾਂਦੀ ਹੈ। ਮੈਂ ਥੋੜ੍ਹਾ ਜਿਹਾ ਕੈਨੇਡਾ ਦੇ ਨਾਲ ਇਹਦੀ ਤੁਲਨਾ ਕਰਨੀ। ਜਿਹੜੇ ਸਾਡੇ ਪੰਜਾਬ ਦੇ ਨਹੀਂ ਬਲਕਿ ਭਾਰਤ ਦੇ ਲੋਕ ਕੈਨੇਡਾ ਵਿੱਚ ਜਾ ਕੇ ਵੱਸਦੇ ਨੇ, ਉਹਨਾਂ 'ਤੇ ਵੀ ਹੁਣ ਸ਼ਿਕੰਜਾ ਕੈਨੇਡਾ ਸਰਕਾਰ ਕੱਸ ਰਹੀ ਹੈ। ਲੱਖਾਂ ਦੀ ਤਾਦਾਦ ਵਿੱਚ ਜਿਹੜੇ ਸਟੂਡੈਂਟ ਨੇ ਉਹ ਡਿਪੋਰਟ ਕੀਤੇ ਜਾ ਰਹੇ ਨੇ, ਜਿਹੜੇ ਉਹਨਾਂ ਦੇ ਵਰਕ ਪਰਮਿਟ ਸੀ ਜਾਂ ਹੋਰ ਕਾਮਿਆਂ ਦੇ ਵਰਕ ਪਰਮਿਟ ਸੀ ਉਹ ਰੱਦ ਕੀਤੇ ਜਾ ਰਹੇ ਨੇ। ਜਦੋਂ ਤੁਸੀਂ ਰਾਜਨੀਤੀ ਤੌਰ 'ਤੇ ਇਹ ਸਾਰੇ ਮੁੱਦੇ ਨੂੰ ਵੇਖੋਗੇ, ਉਦੋਂ ਰਿਜ਼ਲਟ ਇਹ ਆਉਂਦਾ ਹੈ ਕਿ ਹਿੰਦੂ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਵਾਸਤੇ ਇਹ ਸ਼ੁਰਲੀਆਂ ਛੱਡੀਆਂ ਜਾਂਦੀਆਂ। ਹੁਣ ਜਦੋਂ ਤੁਸੀਂ ਬਈਆਂ ਨੂੰ ਪੰਜਾਬ ਵਿੱਚੋਂ ਭਜਾਉਣ ਦੀ ਗੱਲ ਕਰਦੇ ਹੋ, ਠੀਕ ਹੈ, ਜਿਹੜਾ ਇਨਸਾਨ ਗਲਤੀ ਕਰਦਾ ਹੈ ਉਹ ਕੋਈ ਵੀ ਹੋਵੇ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਮਿਲੇ, ਇਹ ਜ਼ਰੂਰੀ ਹੈ, ਅਤੇ ਜਾਂ ਇੱਕ ਹੋਰ ਇਲਾਜ ਹੈਗਾ, ਜਾਂ ਤਾਂ ਜਿੰਨੀਆਂ ਵੀ ਸਟੇਟਾਂ ਨੇ ਇੰਡੀਆ ਦੀਆਂ ਉਹਨਾਂ ਸਾਰੀਆਂ ਦੇ ਵਿੱਚ ਇਹ ਕਾਨੂੰਨ ਲਾਗੂ ਕਰ ਦਿਓ ਕਿ ਜਿੱਥੇ ਮਰਜ਼ੀ ਕੋਈ ਚਾਹਵੇ ਰਹਿ ਸਕਦਾ, ਉਹ ਆਪਣਾ ਕਾਰੋਬਾਰ ਪੱਕੇ ਤੌਰ 'ਤੇ ਜ਼ਮੀਨ ਖਰੀਦੇ, ਘਰ ਬਾਰ ਖਰੀਦੇ, ਉਹਨੂੰ ਹੱਕ ਹੈ, ਜਾਂ ਤਾਂ ਇਹ ਕਾਨੂੰਨ ਬਣ ਜੇ, ਅਤੇ ਜਾਂ ਫਿਰ ਜਿਵੇਂ ਹੋਰ ਸਟੇਟਾਂ ਦੇ ਵਿੱਚ ਪੰਜਾਬੀਆਂ ਨੂੰ ਕੋਈ ਪ੍ਰੋਪਰਟੀ ਖਰੀਦਣ ਵਾਸਤੇ ਇਜਾਜ਼ਤ ਨਹੀਂ ਹੈਗੀ, ਕਾਨੂੰਨ ਬਣਿਆ ਹੋਇਆ, ਉੱਦਾਂ ਹੀ ਫਿਰ ਪੰਜਾਬ ਵਿੱਚ ਕੀਤਾ ਜਾਵੇ ਕਿ ਜਿਹੜੇ ਹੋਰ ਸਟੇਟਾਂ ਤੋਂ ਮਜ਼ਦੂਰ ਆਉਂਦੇ ਨੇ ਉਹ ਇੱਥੇ ਕੁਝ ਕੋਈ ਪ੍ਰਾਪਰਟੀ ਖਰੀਦ ਨਹੀਂ ਸਕਦੇ, ਇਹ ਕਾਨੂੰਨ ਬਣ ਜੇ।
ਪਰ ਜਦੋਂ ਅਸੀਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਹ ਭਗਦੜ ਮਚਾਉਂਦੇ ਹਾਂ, ਬਿਆਨਬਾਜ਼ੀ ਕਰਦੇ ਹਾਂ, ਜਿਵੇਂ ਲੱਖੇ ਵਰਗੇ ਇਹ ਮੁੱਦੇ ਉਠਾ ਦਿੰਦੇ ਨੇ ਕਿ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿਓ, ਕੁੱਟਮਾਰ ਕਰੋ, ਬਾਈਕਾਟ ਕਰੋ, ਉਦੋਂ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਸਾਡੇ ਪੰਜਾਬ ਦੇ ਲੋਕ ਜਿੰਨੀਆਂ ਵੀ ਸਟੇਟਾਂ ਨੇ ਇੰਡੀਆ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਰਹਿੰਦੇ ਆ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਗੁਜਰਾਤ ਦੇ ਵਿੱਚ, ਉੜੀਸਾ ਦੇ ਵਿੱਚ, ਤਾਮਿਲਨਾਡੂ, ਬਹੁਤ ਦੂਰ ਦੂਰ ਤੱਕ, ਦਿੱਲੀ ਦੇ ਵਿੱਚ ਰਹਿੰਦੇ ਨੇ, ਗੁੜਗਾਉਂ ਵਿੱਚ ਰਹਿੰਦੇ ਨੇ, ਬੰਬੇ ਵਿੱਚ ਰਹਿੰਦੇ ਨੇ, ਉਹਨਾਂ ਨੇ ਆਪਣੀ ਪ੍ਰਾਪਰਟੀ ਖਰੀਦੀ ਹੋਈ ਹੈ, ਪ੍ਰਾਈਵੇਟ ਜੌਬਾਂ ਵੀ ਕਰਦੇ ਨੇ। ਜਦੋਂ ਅਸੀਂ ਭਈਆਂ ਨੂੰ ਪੰਜਾਬ ਵਿੱਚੋਂ ਭਜਾਉਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸਾਡੇ ਪੰਜਾਬੀਆਂ ਦੇ ਨਾਲ ਵੀ ਉਹੀ ਵਰਤਾਰਾ ਹੋ ਰਿਹਾ। ਅਸੀਂ ਕਾਇਦੇ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ? ਦੂਜੀ ਗੱਲ, ਜੇ ਪ੍ਰਵਾਸੀ ਇੱਥੇ ਆਉਂਦੇ ਨੇ ਉਹ ਮਿਹਨਤ ਮਜ਼ਦੂਰੀ ਕਰਨ ਵਾਸਤੇ ਆਉਂਦੇ, ਜਿਵੇਂ ਸਾਡੇ ਲੋਕਾਂ ਨੂੰ ਕਨੇਡਾ ਜਾ ਕੇ ਕਾਰੋਬਾਰ ਕਰਕੇ ਤਰੱਕੀ ਕਰਨ ਦੀ ਆਦਤ ਹੈ, ਇੱਕ ਸ਼ੌਂਕ ਹੈ ਜਾਂ ਇੱਕ ਚਾਅ ਹੈ ਉਹਨਾਂ ਲਈ, ਇੱਦਾਂ ਉਹ ਪ੍ਰਵਾਸੀ ਮਜ਼ਦੂਰ ਭਾਵੇਂ ਭਈਏ ਨੇ, ਉਹਨਾਂ ਵਾਸਤੇ ਵੀ ਪੰਜਾਬ ਇੱਕ ਕਨੇਡਾ ਦੀ ਤਰ੍ਹਾਂ, ਇੱਕ ਡਬਈ ਦੀ ਤਰ੍ਹਾਂ। ਜੇ ਅਸੀਂ ਕਨੇਡਾ ਅਮੈਰੀਕਾ ਜਾ ਕੇ ਵੱਸ ਸਕਦੇ ਹਾਂ ਤਾਂ ਫਿਰ ਉਹਨਾਂ ਨੂੰ ਵੀ ਹੱਕ ਹੈ, ਉਹ ਤਾਂ ਭਾਰਤ ਦੇ ਵਸ਼ਿੰਦੇ ਨੇ, ਉਹਨਾਂ ਕੋਲ ਆਧਾਰ ਕਾਰਡ ਹੈ, ਨੈਸ਼ਨੈਲਿਟੀ ਜਿਹੜੀ ਆ ਉਹ ਇੰਡੀਆ ਦੀ, ਉਹਨਾਂ ਕੋਲ ਸਾਰੇ ਆਈਡੀ ਕਾਰਡ ਉਹਨਾਂ ਕੋਲ ਭਾਰਤ ਦੇ ਨੇ। ਪਰ ਕੁਝ ਇਹ ਜਿਹੜੇ ਖੱਚ ਲੋਕ ਨੇ, ਲੱਖੇ ਸਿਧਾਣੇ ਵਰਗੇ, ਕੁਝ ਹੋਰ ਨੇ, ਇਹਨਾਂ ਨੂੰ ਇਹ ਮੁੱਦੇ ਉਠਾ ਕੇ ਜਿਹੜੇ ਰਾਜਨੀਤਿਕ ਲੀਡਰ ਨੇ, ਜਿਨ੍ਹਾਂ ਨੂੰ ਕੋਈ ਬੈਨੀਫਿਟ ਹੁੰਦਾ ਹੈ, ਉਹ ਇਹਨਾਂ ਦੇ ਘਰ ਭਰ ਦਿੰਦੇ। ਮੈਂ ਜਿਹੜੀ ਪਹਿਲਾਂ ਗੱਲ ਕਹੀ ਥੋੜ੍ਹਾ ਜਿਹਾ ਧਿਆਨ ਵਿੱਚ ਰੱਖਿਓ, ਕਾਂਗਰਸ ਪਾਰਟੀ ਤਕਰੀਬਨ 10-11 ਸਾਲਾਂ ਤੋਂ ਸੱਤਾ ਤੋਂ ਬਾਹਰ ਹੋਈ ਹੋਈ, ਲਗਾਤਾਰ ਤੀਜੀ ਟਰਨ ਮੋਦੀ ਸਾਹਿਬ ਦੀ ਹੈ, ਬੀਜੇਪੀ ਦੀ ਸਰਕਾਰ ਚੱਲ ਰਹੀ, ਹੁਣ ਹੱਥ ਪੈਰ ਮਾਰੇ ਜਾ ਰਹੇ ਨੇ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚੋਂ ਕੋਈ ਐਸਾ ਮੁੱਦਾ ਬਣਾਈਏ ਜਿਹੜੇ ਲੋਕਾਂ ਦੇ ਵਿੱਚ ਇਹ ਗੱਲਬਾਤ ਚਲੀ ਜਾਵੇ ਤੇ ਲੋਕ ਹੋ ਸਕਦਾ ਕਹਿਣ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ 5 ਸਾਲ ਤੋਂ ਬਾਅਦ ਆਉਣੀ ਹੈ, 29 ਦੇ ਵਿੱਚ ਹੀ ਆਉਣੀ ਹੈ ਸ਼ਾਇਦ, ਵੀ ਉਹ ਸਰਕਾਰ ਕਾਂਗਰਸ ਦੀ ਬਣੇ, ਇੱਦਾਂ ਦੀਆਂ ਕੁਝ ਗੱਲਾਂ ਬਾਤਾਂ ਨੇ। ਪਰ ਮੈਂ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਬਿਆਨਬਾਜ਼ੀ ਜਾਂ ਕੁੱਟਮਾਰ ਥੋੜ੍ਹਾ ਜਿਹਾ ਸੋਚ ਸਮਝ ਕੇ ਕਰਿਆ ਕਰੋ, ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬੀ ਖਾਸ ਕਰਕੇ, ਸਿੱਖ ਬਰਾਦਰੀ ਖਾਸ ਕਰਕੇ, ਉਹ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਆਪਣਾ ਕਾਰੋਬਾਰ ਕਰਦੀਆਂ ਨੇ ਤੇ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਣਾ ਜੇ ਤੁਸੀਂ ਇਹੋ ਜਿਹੇ ਮੁੱਦੇ ਜਾਣ ਬੁੱਝ ਕੇ ਉਭਾਰੋ। ਮੈਂ ਪਹਿਲਾਂ ਕਹਿ ਦਿੱਤਾ, ਭਾਵੇਂ ਕੋਈ ਭਈਆ ਹੋਵੇ, ਭਾਵੇਂ ਕੋਈ ਪੰਜਾਬੀ ਹੋਵੇ, ਗੁਜਰਾਤੀ ਹੋਵੇ, ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਹਰਕਤ ਕਰਦਾ, ਕੋਈ ਜੁਰਮ ਕਰਦਾ, ਉਹਨੂੰ ਸਜ਼ਾ ਮਿਲੇ। ਪਰ ਇਹ ਜਦੋਂ ਅਸੀਂ ਮੁੱਦਾ ਉਠਾਉਂਦੇ ਹਾਂ ਨਾ, 5 ਉਂਗਲਾਂ ਨਹੀਂ ਇਕਸਾਰ ਹੁੰਦੀਆਂ, ਪਰਿਵਾਰ ਦੇ ਸਾਰੇ ਮੈਂਬਰ ਇਕਸਾਰ ਨਹੀਂ ਹੁੰਦੇ। ਇੱਥੇ ਬਹੁਤ ਜਿਹੜੇ ਬਿਹਾਰ ਦੇ ਲੋਕ ਨੇ ਉਹ
ਇਹ ਕਹਿ ਲਈਏ ਅੰਮ੍ਰਿਤਧਾਰੀ ਵੀ ਨੇ, ਬਹੁਤ ਵਧੀਆ ਪਰਿਵਾਰ ਨੇ ਉਹਨਾਂ ਦੇ। ਐਂ ਤਾਂ ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਿਹਾਰ ਦੇ ਜੰਮਪਲ ਨੇ, ਉਹਨਾਂ ਦੀ ਜਿਹੜੀ ਕਹਿ ਲਈਏ ਜਨਮ ਭੂਮੀ ਹੈ ਉਹ ਬਿਹਾਰ ਹੈ, ਪਟਨੇ ਤੋਂ ਬਿਲੋਂਗ ਕਰਦੇ ਆ। ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਕੋਈ ਕਿੱਥੋਂ ਬਿਲੋਂਗ ਕਰਦਾ, ਕੋਈ ਕਿੱਥੇ ਰਹਿੰਦਾ। ਹਰੇਕ ਮਨੁੱਖ ਦਾ ਆਪਣਾ ਕਿਰਦਾਰ, ਸੋਚ ਸਮਝ ਕੇ ਚੱਲੋ। ਅਤੇ ਸਾਡੇ ਜਿਹੜੇ ਪੰਜਾਬੀ ਹੋਰ ਸਟੇਟਾਂ ਵਿੱਚ ਰਹਿੰਦੇ ਨੇ ਨਾ, ਉਹਨਾਂ ਨੂੰ ਖਤਰਾ ਜ਼ਰੂਰ ਮਹਿਸੂਸ ਹੁੰਦਾ ਜਦੋਂ ਅਸੀਂ ਇਹੋ ਜਿਹੇ ਮੁੱਦੇ ਜਾਣ ਬੁੱਝ ਕੇ ਉਭਾਰਦੇ ਹਾਂ, ਖਾਸ ਕਰਕੇ ਇਹ ਲੱਖੇ ਵਰਗੇ ਜਿਹੜੇ ਖੱਚ ਬੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।